ਸ਼ੈੱਡ ਤੋਂ ਉੱਠ ਕੇ ਪਿੰਡ ਵੀ ਟੱਪ ਗਏ, ਸਾਰੇ ਉੱਡ ਗਿਆ ਸ਼ੈੱਡ ਛੁੱਟ ਗਈ ਨਾਲੇ ਭਾਣਾ ਇੰਦਰੋਂ ਆਈ ਆ ਵਾ ਇੱਥੇ ਪਈ ਹੈ, ਮੈਂ ਤਾਂ ਆਪ ਥੱਲਿਆ ਤੇ ਮਰ ਚੁਣਿਆ ਸੀ, ਮੈਂ ਤਾਂ ਆਪ ਉੱਥੇ ਸਗੜਾ ਪੜੀ ਆਈ ਤੇ। ਤਸਵੀਰਾਂ ਜੋ ਤੁਸੀਂ ਸਕਰੀਨ ਦੇ ਉੱਪਰ ਵੇਖ ਰਹੇ ਹੋ ਕਿ ਪਿੰਡ ਸਵਾਈ ਦੇ ਭੋਖੜੀ ਦੀਆਂ ਹਨ, ਜਿੱਥੇ ਕੱਲ ਦੇਰ ਸ਼ਾਮ ਹੋਈ ਬਾਰਿਸ਼ ਤੋਂ ਬਾਅਦ ਭਾਰੀ ਤੂਫਾਨ ਨੇ ਖੇਤਾਂ ਵਿੱਚ ਘਰ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ। ਘਰ ਦੇ ਮੁਖੀ ਬੇਅੰਤ ਸਿੰਘ ਨੇ ਦੱਸਿਆ ਕਿ ਰਾਤ ਨੂੰ ਖਾਣਾ ਖਾ ਕੇ ਗੱਲਾਂ ਬਾਤਾਂ ਕਰ ਰਹੇ ਸਨ ਕਿ ਇੱਕਦਮ ਆਏ ਅਚਾਨਕ ਤੂਫਾਨ ਨੇ ਘਰ ਦੀਆਂ ਛੱਤਾਂ ਹੀ ਉਡਾ ਦਿੱਤੀਆਂ, ਜਿਸ ਨਾਲ ਉਹਨਾਂ ਦੇ ਰਸੋਈ ਬਰਾਂਡਾ ਤੇ ਬਾਥਰੂਮ ਤੋਂ ਇਲਾਵਾ ਮੇਨ ਗੇਟ ਵਗੈਰਾ ਵਿੱਚ ਢਹਿ ਢੇਰੀ ਹੋ ਗਈ। ਇਸ ਹਾਦਸੇ ਦੌਰਾਨ ਪਰਿਵਾਰ ਦੇ ਮੈਂਬਰਾਂ ਨੂੰ ਮਾਮੂਲੀ ਚੋਟਾਂ ਆਈਆਂ ਹਨ, ਲੋਹੇ ਦੇ ਬਣੇ ਸ਼ੈੱਡ ਹੇਠ ਪਸ਼ੂ ਵੀ ਦੱਬ ਗਏ, ਜਿਨ੍ਹਾਂ ਨੂੰ ਲੋਕਾਂ ਦੀ ਸਹਾਇਤਾ ਦੇ ਨਾਲ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ। ਭਾਣਾ ਇੰਦਰੋਂ ਆਈ ਆ ਵਾ ਇੱਥੇ ਪਈ ਹੈ, ਮੈਂ ਤਾਂ ਆਪ ਥੱਲੇ ਆ ਕੇ ਮਰ ਚੁਣਿਆ ਸੀ, ਮੈਂ ਤਾਂ ਆਪ ਉੱਥੇ ਸਗੜਾ ਫੜੀ ਆਈ ਤੇ ਆਹ ਪਹਿਲਾਂ ਡਿੱਗ ਪਿਆ ਅਤੇ ਉਹ ਪਿੱਛੋਂ ਡਿੱਗੀ ਹੈ ਅਤੇ ਮੈਂ ਇੱਧਰ ਨੂੰ ਸਗੜਾ ਫੜਿਆ ਅਤੇ ਫਿਰ ਇੱਧਰ ਨੂੰ ਭੱਜ ਆਈ ਹਾਂ, ਫਿਰ ਆਹ ਵੀ ਡਿੱਗ ਪਿਆ। ਪਰਿਵਾਰ ਕਿੰਨੇ ਸੀ, ਮੈਂਬਰ ਕਿੰਨੇ ਸੀ ਵਿੱਚ? ਪਰਿਵਾਰ ਇਹ ਵੱਖਰਾ ਹੈ, ਮੇਰਾ ਮੁੰਡਾ ਇਹ ਦੋਵੇਂ ਜੀ ਹੈ, ਅਸੀਂ ਮਾਵਾਂ ਧੀਆਂ। ਅਤੇ ਕੀ ਤੁਹਾਡਾ ਨੁਕਸਾਨ? ਆਹ ਮੇਰਾ ਨੁਕਸਾਨ ਹੋ ਜਾਏ ਦੋ ਕਮਰੇ ਮੁੰਡੇ ਦੇ ਟੁੱਟਿਆ, ਇੱਕ ਰਸੋਈ ਟੁੱਟੀ ਹੈ, ਇੱਕ ਮੇਰੀ ਰਸੋਈ ਟੁੱਟੀ ਹੈ, ਮੋਟਰਸਾਈਕਲ ਟੁੱਟ ਗਿਆ ਹੈ। ਪਸ਼ੂਆਂ ਦਾ ਕੀ ਬਣਿਆ ਜੀ? ਰਿੱਜ ਟੁੱਟ ਗਈ ਹੈ, ਪਸ਼ੂ ਥੱਲੇ ਆ ਗਏ ਨੇ, ਬੱਚੇ ਦੀਆਂ ਗੋਡਾ ਟੁੱਟ ਗਿਆ ਹੈ, ਗਾਂ ਸੱਟਾਂ ਲੱਗ ਗਈਆਂ, ਉਹ ਪਈ ਹੋਈ ਹੈ, ਸੱਜਰ ਸੂਈ ਹੈ ਤੇ ਦੋ ਗਾਵਾਂ ਸਹੀ ਨੇ। ਪਿਓ ਵੀ ਦਾ ਸਿਰ ਤੇ ਨਹੀਂ ਹੈਗਾ, ਬਸ ਇਕੱਲਾ ਸਾਹਮ ਦਾ ਛੋਟਾ ਇਹਦਾ ਬੱਚਾ ਕਰਿਆ। ਉਹ ਤਾਂ ਇਹਨਾਂ ਰਾਤ ਫੋਨ ਕੀਤਾ ਹੈ 8:15 ਦੇ ਵਿੱਚ ਵੀ ਰੋਣ ਦੈਸ਼ੀ ਵੇਹੇ ਤੇ ਲੁੱਟੇ ਗਏ ਜਦੋਂ ਸਾਰੇ ਚਾਚੇ ਸਾਡੇ ਭੱਜ ਕੇ ਆਏ ਆ, ਘਰ ਵੇਖਿਆ ਐਂਟਰੀ ਕਰਨ ਲੱਗੇ ਪਹਿਲਾਂ ਸਾਨੂੰ ਸਰ ਲਾਈਟ ਹੀ ਪੈ ਗਈ ਕਿਉਂਕਿ ਇਨਵੈਟਰ ਦੀ ਲਾਈਟ ਚੱਲਦੀ ਪਈ ਸੀ, ਉਹ ਕੱਟੀ ਅਤੇ ਨਾ ਡੰਗਰ ਵੀ ਥੱਲੇ ਆ ਗਏ ਆ। ਤੁਸੀਂ ਹਿਸਾਬ ਲਾ ਲਓ, ਇੱਧਰ ਵੇਖੋ ਮੇਨ ਗੇਟ ਸੀ ਕੋਠੀ ਦਾ, ਇਹ ਵੀ ਢਹਿ ਚੁੱਕਿਆ, ਆਹ ਮੇਨ ਗੇਟ ਸੀ ਐਂਟਰੀ ਇੱਥੇ ਕੋਠੀ ਦੀ, ਇੱਥੇ ਖੜੇ ਹੋਏ ਸੀ ਬਾਹਰ, ਜਦੋਂ ਪਹਿਲਾਂ ਕੰਧ ਪਿਛਲੀ ਡਿੱਗੀ ਹੈ ਇਹ ਸਾਰੇ ਅੰਦਰ ਭੱਜ ਗਏ ਨੇ। ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਇਹਨਾਂ ਦਾ, ਬਹੁਤ ਜ਼ਿਆਦਾ। ਇਹਨਾਂ ਦਾ ਜੀ ਆਹ ਕਿਚਨ ਸੀਗੀ, ਇੱਧਰ ਵੀ ਸਾਡੀ ਕਿਚਨ ਸੀ, ਆਹ ਇੱਕ ਕਮਰਾ ਸੀ, ਇੱਕ ਉਹ ਕਮਰਾ, ਇਹ ਦੋ ਕਮਰੇ ਨਾਲ ਤੀਜੀ ਰਸੋਈ ਸੀ, ਇੱਥੇ ਮੇਨ ਸਗਾਟ ਲੱਗੀ ਹੋਈ ਸੀ, ਪਿਛਲਾ ਇੱਕ ਕਮਰਾ ਇਹਨਾਂ ਦਾ ਰਹਿ ਗਿਆ, ਅਗਲਾ ਸਾਰੇ ਇੱਧਰ ਉੱਠ ਗਿਆ, ਇੱਧਰ ਵੀ ਸਾਡਾ ਮੱਝਾਂ ਸਾਰਾ ਸ਼ੈੱਡ ਸੀਗਾ, ਉਹ ਸ਼ੈੱਡ ਵੀ ਸਾਰਾ ਉੱਡ ਗਿਆ, ਬਾਥਰੂਮ ਦੇ ਉੱਤੋਂ ਵੀ ਸਾਰੀ ਛੱਤ ਉੱਡ ਗਈ ਹੈ, ਸ਼ੈੱਡ ਤੋਂ ਉੱਠ ਕੇ ਪਿੰਡ ਵੀ ਟੱਪ ਗਏ, ਸਾਰੇ ਉੱਡ ਗਿਆ ਛੱਡ ਛੁੱਟ ਗਏ ਨਾਲੇ। ਸਰਕਾਰ ਕੋਲੋਂ ਕੀ ਮੰਗ ਕਰਦੇ ਹੋ? ਹੁਣ ਮੰਗ ਤਾਂ ਇਹੀ ਵੀ ਇਹਨਾਂ ਦੀ ਸੁਣਵਾਈ ਕੋਈ ਕੀਤੀ ਜਾਵੇ, ਗਰੀਬਾਂ ਦੀ ਹੁਣ ਇੱਥੇ ਇਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਚਰਨ ਹੋ ਗਿਆ, ਅਸੀਂ ਤਾਂ ਉਹਨਾਂ ਨੂੰ ਇਹੀ ਕਹਿ ਸਕਦੇ ਵੀ ਇਹਦਾ ਕੋਈ ਆ ਕੇ ਇਕੱਲਾ ਇਕੱਲਾ ਉਹਨਾਂ ਦੀ ਪੁੱਤਰ ਸੀ, ਉਹਨੂੰ ਕਿੱਥੇ ਵਿਚਾਰਾ ਕਰੂਗਾ, ਇਹਨਾਂ ਕੋਲ ਪਿਤਾ ਉਹਨਾਂ ਦਾ ਸਿਰ 'ਤੇ ਨਹੀਂ ਹੈਗਾ, ਬਸ ਇਕੱਲਾ ਬੱਚਾ ਹੀ ਹੈਗਾ ਹੈ। ਅਤੇ ਚਾਰ ਇਹ 8 ਵਜੇ ਦੀ ਗੱਲ ਹੈ ਜੀ, ਸਾਰੇ ਇੱਧਰੋਂ ਹਨੇਰੀ ਆਈ ਹੈ, ਜ਼ੋਰ ਨਾਲ ਤੂਫਾਨ ਆਇਆ, ਤੂਫਾਨ ਦੇ ਹਿਸਾਬ ਨਾਲ ਸਾਰਾ ਕੁਝ ਢਹਿ ਗਿਆ, ਸਮਾਨ ਕੁਛ ਨਹੀਂ, ਸਾਰਾ ਕੁਝ ਟੁੱਟ ਗਿਆ, ਕੁਛ ਨਹੀਂ ਬਚਿਆ, ਸਾਰਾ ਕੁਝ ਟੁੱਟ ਗਿਆ, ਅਸੀਂ ਅੰਦਰ ਗਏ ਚਲੇ ਹਾਂ, ਬਚ ਗਏ ਹਾਂ, ਸਾਰਾ ਕੁਝ ਪੱਟਿਆ ਗਿਆ, ਸਾਡਾ ਸਾਰਾ ਕੁਝ ਢਹਿ ਗਿਆ, ਇੱਥੇ ਖੜੇ ਸਾਂ, ਅਸੀਂ ਤਾਂ ਮਰ ਚਲੇ, ਪਚ ਕੇ ਅੰਦਰ ਹੋਏ ਹਾਂ, ਦਵਾ ਦਵਾ ਗਾਂਹ ਆਏ ਹਾਂ ਤੇ ਬਚ ਗਏ ਹਾਂ, ਨਹੀਂ ਤਾਂ ਅਸੀਂ ਮਰ ਜਾਣਾ ਹੈ। ਤੂਫਾਨ ਨਾਲ ਸ਼ੈੱਡ ਉੱਡ ਕੇ ਕਿੱਧਰ ਨੂੰ ਚਲੇ ਗਿਆ? ਤੂਫਾਨ ਉੱਡ ਕੇ ਜੀ ਇੱਧਰ ਨੂੰ ਚਲਾ ਗਿਆ, ਲੱਖੇ ਵਾਲੇ ਥਾੜ ਵਾਲੀ ਸਾਈਡ ਨੂੰ ਚਲਾ ਗਿਆ ਜੀ। ਬੇਅੰਤ ਸਿੰਘ ਜੀ ਬਾਹਰ ਟਾਣੀ ਤੋਂ, ਪੁੱਤਰ ਜਰਨੈਲ ਸਿੰਘ ਦਾ ਜੀ, ਬਾਹਰ ਸਾਨੂੰ ਯਕਦਮ ਪਤਾ ਲੱਗਾ ਅਚਾਨਕ ਬਹੁਤ ਹੀ ਖੜਕਾ ਆਇਆ, ਨੇਰ ਅਸੀਂ ਬਾਹਰ ਪਿੰਡ ਤੋਂ ਕਾਫੀ ਹੈਗਾ ਦੂਰ ਆਉਣ ਕੇ ਭੱਜ ਕੇ ਅਸੀਂ ਆਏ, ਇਹਨਾਂ ਨੂੰ ਥੱਲੋਂ ਪਸ਼ੂ ਕੱਢੇ, ਇਹਨਾਂ ਨੂੰ ਬਚਾਇਆ, ਬਹੁਤ ਹੀ ਇਹਨਾਂ ਦਾ ਨੁਕਸਾਨ ਹੋਇਆ, ਡੰਗਰਾਂ ਨੂੰ ਵੀ ਬਹੁਤ ਹੋਇਆ ਹੈ ਅਤੇ ਘਰ ਦੇ ਪਰਿਵਾਰ ਨੂੰ ਹੋਇਆ ਹੈ। ਇਹ ਬੇਅੰਤ ਸਿੰਘ ਨੂੰ ਬਾਂਹ 'ਤੇ ਸੱਟਾਂ ਬਹੁਤ ਹੀ ਲੱਗੀਆਂ ਹਨ, ਮਕਾਨ ਬਹੁਤ ਜੀ ਘਰ ਦੇ ਵਿੱਚ ਇਹਨਾਂ ਦਾ ਵਿਚਾਰੇ ਰੋਟੀ ਰਾਤ ਹੀ ਨਹੀਂ ਇਹਨਾਂ ਨੂੰ ਮਿਲੀ, ਖਾਣਾ ਵੀ ਨਹੀਂ ਤਿਆਰ ਹੋਇਆ, ਜਿੱਥੇ ਰਸੋਈ ਕਰਨਾ ਖਾਣਾ ਤਿਆਰ ਉਹ ਵੀ ਇਹਨਾਂ ਨੂੰ ਵਿਚਾਰਾ ਮਿਲਾ। ਹੁਣ ਕੀ ਬਣਿਆ ਪਿਆ ਛੱਤਾਂ ਦਾ? ਬਹੁਤ ਢਿੱਲਾ ਹੋ ਗਿਆ ਹੈ ਅਤੇ ਘਰ ਦੇ ਸਾਰਾ ਮਰੀਆ ਮੇਟ ਬਹੁਤ ਨੁਕਸਾਨ ਵਿਚਾਰਿਆਂ ਦਾ ਹੋਇਆ, ਬਹੁਤ ਹੀ ਜ਼ਿਆਦਾ ਜੀ, ਇੰਨਾ ਹੋ ਚੁੱਕਾ ਹੈ ਵੀ ਵੇਖੋ ਵਿਚਾਰਿਆਂ ਨੂੰ ਮੋਟਰਸਾਈਕਲ ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। 7 ਇਲਮਾਂ ਦੇ ਮਾਹਿਰ ਪੰਡਿਤ ਹੇਮਰਾਜ ਸ਼ਾਸਤਰੀ ਜੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਹੀ ਨਾ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਨਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ, ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ
ਤੜਫਦਾ ਵੇਖੋ। ਪੰਡਿਤ ਹੇਮਰਾਜ ਸ਼ਾਸਤਰੀ ਜੀ ਮੋਬਾਈਲ ਨੰਬਰ 8968869352 8968915987।